ਬਲੈਕ ਤਾਂ ਇੰਟਰਵਿਊ ਲਈ ਸੀ, ਮੈਨੂੰ ਲੱਗਦਾ ਮੈਂ ਕਿਸੇ ਕਲਾਸ 'ਚ ਆ ਗਿਆ। ਬਾਬਾ ਜੀ ਵਾਟ ਇਜ਼ ਦਿਸ, ਆ ਕੀ ਹੋ ਰਿਹਾ, ਤੁਸੀਂ ਲੁੱਡੀਆਂ ਪਾ ਰਹੇ ਹੋ, ਚੱਕਰ ਕੀ ਹੈ ਇਹ? ਮੈਨੂੰ ਤਾਂ ਆਪ ਨਹੀਂ ਜੀ ਪਤਾ, ਮੈਂ ਆ ਕੇ ਖੜਾ ਹੀ ਹਾਂ, ਇਹ ਪਤਾ ਨਹੀਂ ਕਿੱਧਰੋਂ ਨਿਕਲ ਆਏ ਭੰਗੜਾ ਪਾਉਂਦੇ। ਬੈਠੋ ਤੁਸੀਂ ਪਹਿਲਾਂ ਬੈਠੋ। ਬਾਬਾ ਜੀ ਵੈਸੇ ਤੁਸੀਂ ਕੀ ਕਰ ਰਹੇ ਸੀ, ਕਿਸ ਖੁਸ਼ੀ 'ਚ ਇੰਨੀਆਂ ਲੁੱਡੀਆਂ ਪਾ ਰਹੇ ਸੀ ਅਤੇ ਪਵਾ ਰਹੇ ਸੀ ਉਹਨਾਂ ਨੂੰ? ਮੈਂ ਸੱਚ ਦੱਸਾਂ ਨਾ ਜੀ, ਮੈਂ ਜਦੋਂ ਐਂਟਰ ਕੀਤਾ ਤਾਂ ਇੱਕਦਮ ਕੋਈ ਐਨਰਜੀ ਜੀ ਨਹੀਂ ਵੱਜਦੀ ਤੁਹਾਡੇ ਜਾ ਕੇ, ਥਾਹ ਦੇਣੀ ਉਵੇਂ ਹੋਇਆ ਅਤੇ ਮੈਨੂੰ ਖੈਰ ਮੈਨੂੰ ਤਾਂ ਇੱਥੇ ਆ ਕੇ ਪਤਾ ਚੱਲਿਆ ਕਿ ਕਲਾਸ 'ਚ ਵਧੀਆ ਮਾਹੌਲ ਬਣਿਆ ਪਿਆ, ਸਾਰਾ ਕੁਛ, ਨਾਲ ਹੀ ਭੰਗੜੇ ਵਾਲੇ ਨਿਕਲੇ ਤਾਂ ਸਕੂਲ ਵਾਲੀਆਂ ਯਾਦਾਂ ਜੀਆਂ ਮਤਲਬ ਤਾਜ਼ੀਆਂ ਹੋ ਗਈਆਂ ਇੱਕ ਡੇਢ ਸੈਕਿੰਡ ਲਈ। ਬਾਬਾ ਜੀ ਤੁਹਾਡਾ ਸਵਾਗਤ ਹੈ। ਬਹੁਤ ਧੰਨਵਾਦ। ਅਤੇ ਤੁਹਾਡਾ ਸਾਰਿਆਂ ਦਾ ਵੀ ਸਵਾਗਤ ਹੈ ਜੀ ਕ੍ਰੈਮਿਕਾ ਪ੍ਰੈਜੈਂਟਸ ਸ਼ੌਂਕਨ ਫਿਲਮਾਂ ਦੇ ਵਿੱਚ। ਬਹੁਤ ਟਾਈਮ ਬਾਅਦ ਤੁਸੀਂ ਆਏ ਹੋ, ਤੁਸੀਂ ਕਿਉਂ ਇੰਨਾ ਟਾਈਮ ਲਾਤਾ? ਉਹ ਨਾ ਐਕਚੁਲੀ ਨਾ ਗੱਲ ਕੀ ਹੋਈ, ਮੈਂ ਨਾ ਕਨੇਡਾ ਚਲੇ ਗਈ ਸੀਗੀ। ਸੱਚੀ? ਹਾਂ, ਤੋ ਕਹਿੰਦੇ ਹੁੰਦੇ ਨਾ ਕਨੇਡਾ ਰਿਟਰਨ ਸ਼ੌਂਕਨ ਆ ਇਹ। ਅੱਛਾ, ਅਤੇ ਤੂੰ ਫਿਲਮਾਂ 'ਚ ਤਾਂ ਮੈਨੂੰ ਤੁਸੀਂ ਲਾਰੇ ਲਾਏ ਇੰਨੇ। ਮੈਂ? ਹਾਂ, ਮੈਂ ਤਾਂ ਆਪ ਬੜਿਆਂ ਨੇ ਲਾਏ, ਮੈਂ ਤੁਹਾਨੂੰ ਕਿਹੜਾ ਲਾ। ਪਰ ਤੁਸੀਂ ਆਖਿਰਕਾਰ ਫਿਲਮਾਂ 'ਚ ਆ ਗਏ ਨਾ, ਇੰਨੀ ਵਧੀਆ ਐਕਟਿੰਗ ਕਰ ਰਹੇ ਹੋ, ਸਭ ਦੇ ਫੇਵਰੇਟ ਹੀਰੋ, ਸਿੰਗਰ ਤਾਂ ਤੁਸੀਂ ਹੈ ਹੀ, ਹੱਸ ਰਹੇ ਹੋ ਹਨਾ, ਮੈਨੂੰ ਵੀ ਕੋਈ ਇੱਦਾਂ ਕਵੇ, ਮੈਂ ਸੋਚ ਰਹੀ ਸੀ ਕਿ ਸਾਲ ਬਾਅਦ ਮੈਨੂੰ ਕੋਈ ਇੱਦਾਂ ਕਹੇਗਾ ਵੀ ਤੁਸੀਂ ਬਹੁਤ ਵਧੀਆ ਐਕਟਿੰਗ ਕਰਦੇ। ਹਾਂ, ਤੁਸੀਂ ਕਰਦੇ ਤਾਂ ਹੈਗੇ, ਤੁਹਾਨੂੰ ਸਾਰੀ ਇੰਡਸਟਰੀ ਕਹਿੰਦੀ ਆ। ਸੱਚੀ ਸਾਰੀ, ਤੁਹਾਡੇ ਹਾਸਾ ਇੰਨਾ ਦਾ, ਤੁਹਾਡਾ ਹਾਸਾ ਫੇਮਸ ਆ, ਉੱਤੋਂ ਲਿਆ ਗਏ ਉਤਲੇ ਸੁਰ ਤੋਂ ਥੱਲੇ ਤੱਕ। ਪਰ ਰੋਲ ਤਾਂ ਨਹੀਂ ਨਾ ਦਿੱਤਾ ਕਿਸੇ ਨੇ ਮੈਨੂੰ, ਹੁਣ ਦੱਸੋ ਮੈਂ ਕੀ ਕਰਾਂ। ਚਲੋ ਵਧੀਆ, ਪਰ ਹੁਣ ਆਪਦਾ ਸ਼ੋਅ ਚਲਾਉਣਾ ਬਹੁਤ ਵੱਡੀ ਗੱਲ ਆ। ਹਾਂ, ਇਹ ਤਾਂ ਵੱਡੀ ਗੱਲ ਆ। ਫਿਰ ਹੁਣ ਮੈਂ ਕੈਨੇਡਾ ਤੋਂ ਆਈ ਹਾਂ ਨਾ, ਅਤੇ ਮੈਂ ਹੁਣ ਅੰਗਰੇਜ਼ੀ ਸਿਖਾਉਣੀ ਹੈ ਇੱਥੇ ਸਾਰਿਆਂ ਨੂੰ, ਕਿਉਂਕਿ ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੈਗੀ ਇੱਥੇ। ਕੈਨੇਡਾ ਉਹ ਹੀ ਕੈਨੇਡਾ ਕਿ ਇੱਥੇ ਵੀ ਹੈ ਕੋਈ? ਨਹੀਂ, ਉਹ ਹੀ ਕੈਨੇਡਾ। ਕੈਨੇਡਾ ਇੱਕੋ ਹੀ ਕੈਨੇਡਾ। ਵਧੀਆ, ਹਾਂ, ਸਭ ਵਧੀਆ। ਅਤੇ ਮੈਂ ਨਾ ਇੱਥੇ ਹੁਣ ਸਾਰਿਆਂ ਨੂੰ ਅੰਗਰੇਜ਼ੀ ਸਿਖਾਉਣੀ ਆ, ਅਤੇ ਮੈਂ ਨਾ ਹੁਣ ਤੁਹਾਨੂੰ ਨਾ ਅੰਗਰੇਜ਼ੀ ਦੇ ਵਿੱਚ ਕੁਛ ਪੁੱਛੂੰਗੀ। ਅੱਛਾ। ਅਤੇ ਉਹ ਪੁੱਛੂੰਗੀ ਇੱਦਾਂ ਕਿ ਉਹ ਸਾਡਾ, ਉਹਦਾ ਨਾਮ ਹੈਗਾ ਜੀ ਅੰਗਰੇਜ਼ੀ ਬੀਟ 'ਤੇ। ਅੱਛਾ। ਹਾਂਜੀ, ਅਤੇ ਉਹ ਜੀ ਤੁਹਾਡੇ ਕੁਛ ਗਾਣੇ ਨੇ ਜਿਨ੍ਹਾਂ ਨੂੰ ਮੈਂ ਜੀ ਪਿਓਰ ਇੰਗਲਿਸ਼ ਦੇ ਵਿੱਚ ਨਾ ਵੈਰੀਫਾਈ ਕੀਤਾ ਹੋਇਆ ਆ। ਉਹ ਮੈਂ ਦੱਸਣੇ ਵੀ ਇਹ ਕਿਹੜੇ ਆ? ਹਾਂ, ਉਹ ਤੁਸੀਂ ਪੰਜਾਬੀ 'ਚ ਦੱਸਣੇ ਕਿ ਤੁਹਾਡੇ ਕਿਹੜੇ ਗਾਣੇ ਆ। ਅੱਛਾ, ਚਲੋ ਵੇਖਦੇ ਹਾਂ। ਪੁੱਛਾ। ਹਾਂਜੀ, ਠੀਕ ਹੈ। ਮਾਈ ਫਾਦਰ ਇਜ਼ ਨੋ ਬਲੈਕ, ਦੈਟ ਆਈ ਬਾਏ ਅ ਫਲੈਟ ਇਨ ਯੋਰ ਏਰੀਆ, ਲੈਟ ਮੀ ਟੇਕ ਅ ਯੂ ਟਰਨ ਟੂ ਮਾਈ ਵਿਲੇਜ, ਐਜ਼ ਆਈ ਹੈਵ ਲੋਟ ਟੂ ਡੂ, ਯੂਅਰ ਫਰੈਂਡਸ਼ਿਪ ਸਿਟੀ, ਬਿਊਟੀਫੁਲ ਗਰਲ ਮੇਡ ਮਾਈ ਹੈਂਡ ਸਟੈਂਡ। ਸਾਡਾ ਕਿਹੜਾ ਬਾਪੂ ਕਰਦਾ ਬਲੈਕ ਨੀ, ਜਿਹੜਾ ਤੇਰੇ ਸ਼ਹਿਰ ਲੈ ਲਵਾਂ ਫਲੈਟ ਨੀ, ਯਾਰੀ ਚੰਡੀਗੜ੍ਹ ਵਾਲੀ ਨੀ। ਪਿਛਲਾ ਗਾਣਾ ਭੁੱਲ ਗਿਆ ਮੇਰੀ ਅੰਗਰੇਜ਼ੀ ਸੁਣ ਕੇ? ਨਹੀਂ, ਮੈਂ ਕਿਹਾ ਵੀ ਛੇਤੀ ਛੇਤੀ ਨਿਬੇੜਾ, ਅੱਗੇ ਵੀ ਬਹੁਤ। ਨਹੀਂ ਨਹੀਂ, ਤੁਸੀਂ ਗਾ ਸਕਦੇ ਹਾਂ ਪੂਰਾ ਗਾਣਾ। ਚਲੋ ਅੱਗੇ ਅੱਗੇ ਵਾਲਾ। ਅਗਲਾ, ਜੱਟਸ ਮਾਈਂਡ ਸੋਲਡ ਹਿਸ ਕਰੋਪਸ, ਬਰੋਟ ਏ ਰਫਲ, ਮਰਡਰਡ ਏ ਮੈਨ ਐਂਡ ਪ੍ਰੋਬਲਮਸ ਫੋਰ ਅਦਰਸ, ਪੁਲਿਸ ਇੰਟਰਫੇਰੈਂਸ, ਲੈਟ ਹਿਸ ਸਲਿੱਪਰ ਆਈਡੈਂਟੀਫਾਈਡ ਫੇਸ ਬਾਈ ਅ ਮੈਨਸ ਸਟੇਟਮੈਂਟ। ਇਹ ਪੂਰਾ ਪੈਰਾਗ੍ਰਾਫ ਹੀ ਹੋ ਗਿਆ ਇਹਦੇ ਚੋਂ ਸਾਰੰਸ ਕੱਢਣਾ। ਹਾਂ, ਜੱਟ ਦੀ ਅਕਲ। ਤੁਹਾਡੀ ਖੂਬਸੂਰਤੀ, ਤੁਸੀਂ ਸਾਰੇ ਮੈਨੂੰ ਮਿਸ, 6 ਮਹੀਨੇ ਲਾਇਆ ਹੀ ਬਹੁਤ ਹੁੰਦੇ ਆ, ਬਹੁਤ ਕੀਤਾ, ਵਧੀਆ ਕੀਤਾ, ਡਾਲਰ ਇਕੱਠੇ ਬਹੁਤ ਕਮਾਏ ਆ, ਮੈਂ ਕਾਲੀਵੁੱਡ ਫਿਲਮ ਕਰਕੇ ਆਈ ਉੱਥੇ। ਅੱਛਾ, ਹਾਂ, ਕਾਲੀਵੁੱਡ, ਹਾਂ, ਕਾਲੀਵੁੱਡ ਫਿਲਮ, ਜਿੱਦਾਂ ਤੁਹਾਨੂੰ ਕਿੱਥੇ ਪਤਾ, ਤੁਸੀਂ ਪੋਲੀਵੁੱਡ ਬਾਰੇ ਕਿਹੜਾ ਗਏ ਕਦੀ ਕੈਨੇਡਾ ਗੱਲ ਮੁੱਕ ਗਈ, ਤੁਹਾਨੂੰ ਕਿੱਥੇ ਪਤਾ, ਕਾਲੀਵੁੱਡ ਦੀ ਫਿਲਮ ਕਰਕੇ ਆਈ ਹਾਂ। ਅਗਲਾ, ਮਾਈ ਟਿਪਸ ਵਿਦ ਡੈਸਟੀਨੀ, ਫੀਟ ਨਾਟ ਰੀਚਿੰਗ ਦੇਅਰ, ਕਲੋਜ਼ਡ ਮਾਈ ਸੈਲਫ ਇਨ ਅ ਰੂਮ, ਵਿਨਿੰਗ ਸਿਟੀ ਟੁਮੋਰੋ, ਕਿਓਸਟਿਕ ਬ੍ਰਦਰਸ ਵਿਲ ਕਾਲ ਮੀ ਬ੍ਰੋ ਬ੍ਰੋ ਵਨਸ ਮਾਈ ਟਰਨ ਕਮਸ। ਅੱਜ ਕਮਰੇ 'ਚ ਬੰਦ, ਕੱਲ ਜਿੱਤ ਲਊਂਗਾ ਸ਼ਹਿਰ, ਜਿਹੜੇ ਜ਼ਿਆਦਾ ਹੰਕਾਰੇ ਕਹਿਣਗੇ ਉਹ ਵੀਰੇ ਵੀਰੇ ਸਾਡੀ ਵਾਰੀ ਆਉਣ ਦੇ। ਦੇਖ ਲਵੀਂ ਤਕਦੀ, ਕੀ ਬਾਤ ਹੈ, ਅੰਗਰੇਜ਼ੀ ਮੈਂ ਤਾਂ ਹੁਣ ਹੀ ਸਿਖਾਣੀ ਸ਼ੁਰੂ ਕਰਤੇ ਚੱਕੇ ਪਏ ਆ, ਅਸੀਂ ਇੱਥੇ ਸਿੱਖ ਲਈ ਆ, ਤੁਸੀਂ ਕੈਨੇਡਾ ਜਾ ਕੇ ਸਿੱਖੀ? ਅੱਛਾ, ਖਰਾ ਵੀ ਸਿੱਖ ਲਈ। ਚਲੋ ਅਗਲਾ, ਨਥਿੰਗ ਇਨ ਏਅਰਸ, ਨੋ ਐਂਕਲੈਟਸ, ਵਿਦਆਊਟ ਬੈਂਗਲਸ, ਰਾਊਂਡ ਰਾਊਂਡ ਰਿਸਟ,
where does your wages go? American driver. कंगन बेबे ने कंगन जेड़े सामने ना देखे ना अड़ गई ना अंग्रेजी ਨੇ ਤੁਸੀਂ ਆ ਬੋਲੇ ਬੜੀ ਤੇਜ਼ ਤੇ ਪਰ ਕੀ ਵੈਜੀ ਵੁਜੀ ਕਹਿ ਗਏ ਨਥਿੰਗ ਇਨ ਏਅਰਸ ਅੱਛਾ ਨੋ ਐਂਕਲੇਟਸ ਵਿਦਆਊਟ ਬੈਂਗਲਸ ਰਾਊਂਡ ਰਾਊਂਡ ਰੇਸ ਅੱਛਾ ਚੂੜੀਆਂ ਵਗੈਰ ਚੱਲ ਗੋਲ ਗੋਲ ਮਾਂ ਤੇਰੀ ਵੀ ਡਰਾਈਵਰ ਆ ਅੱਛਾ ਓਕੇ 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 ਗਾ ਦੋ ਯਾਰ ਇੱਕ ਵਾਰ ਚੂੜੀਆਂ ਬਗੈਰ ਚੰਨਾ ਗੋਲ ਗੋਲ ਬਾਂ ਤੇਰੀ ਵੇ ਡਰਾਈਵਰ ਆ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ ਬੇਸਿਕਲੀ ਤੁਸੀਂ ਕੈਨੇਡਾ ਸੁਣਨਾ ਸੀ ਨਾ ਤੁਸੀਂ ਅੰਗਰੇਜ਼ੀ ਬੀਟ ਦੇ ਸਾਰੇ ਅੰਗਰੇਜ਼ੀ ਦੇ ਜੋ ਪੰਜਾਬੀ ਗਾਣੇ ਤੁਸੀਂ ਬੁੱਝ ਲਏ ਇਸ ਖੁਸ਼ੀ ਦੇ ਵਿੱਚ ਸ਼ੌਂਕਣ ਵੱਲੋਂ ਦੇਖੋ ਬਿਨਾਂ ਗਿਫਟ ਤੋਂ ਕਦੀ ਵੀ ਕਿਸੇ ਨੂੰ ਜਾਣ ਨਹੀਂ ਦਿੰਦੀ ਐਤਕੀ ਥੋੜ੍ਹਾ ਜਿਹਾ ਅਸੀਂ ਇਹਨੂੰ ਮੋਡੀਫਾਈ ਕਰ ਦਿੱਤਾ ਕਿਉਂਕਿ ਕੈਨੇਡਾ ਰਿਟਰਨ ਆ ਨਾ ਨਹੀਂ ਬੇਸਿਕਲੀ ਰੀਬਨ ਦੇ ਰਹੇ ਹੋ ਕਿ ਜਾਂ ਰੀਬਨ ਦੇ ਇਹ ਹੈ ਕਿ ਪਹਿਲਾਂ ਦੇਖੋ ਤਾਂ ਸਹੀ ਇਹ ਕੀ ਇਹਨੂੰ ਕੀ ਕਹਿੰਦੇ ਆ ਬਾਲੂ ਬਾਲੂ ਸਹੀ ਇਹ ਸ਼ੂਗਰ ਕਿੱਸੇ ਹੈ ਸ਼ੂਗਰ ਕਿੱਸੇ ਕੈਨੇਡਾ ਤੋਂ ਐਕਚੁਅਲੀ ਸ਼ੱਕਰ ਬਾਰੇ ਗੁੜ ਵਾਲੇ ਸ਼ੱਕਰ ਬਾਰੇ ਇਹ ਤੇ ਇਹ ਸ਼ੂਗਰ ਕਿੱਸੇ ਨੇ ਮੇਰੀ ਭਾਸ਼ਾ ਦੇ ਵਿੱਚ ਅੱਛਾ ਖਾਵਾਂਗੇ ਫਿਰ ਨਹੀਂ ਖਾਓ ਸ਼ੂਗਰ ਹੈਗੀ ਹੈ ਕਿ ਸ਼ੂਗਰ ਲੈਸ ਆ ਸ਼ੂਗਰ ਲੈਸ ਆ ਕੈਨੇਡਾ ਯੂ ਨੋ 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 ਸ਼ੂਗਰ ਨੋ ਮਿੱਠਾ ਖਾ ਲਓ ਖੋਲੋ ਮੈਂ ਬਹੁਤ ਮਿੱਠੇ ਆ ਹਲੇ ਤੁਸੀਂ ਖਾਂਦੇ ਤੇ ਨਹੀਂ ਚੱਕੇ ਲੈ ਮੂੰਹ ਨਾਲ ਲਾਉਂਦੇ ਪਤਾ ਲੱਗ ਜਾਂਦਾ ਮਿੱਠੀ ਹੈ ਕਿ ਲੂਣੀ ਸਵਾਦ ਆ ਨਾ ਰੁਕੋ ਯਾਰ ਇੱਕ ਮਿੰਟ ਤਾਂ ਮੈਨੂੰ ਨਾ ਅੱਜ ਕੱਲ੍ਹ ਬਹੁਤ ਜ਼ਿਆਦਾ ਨਾ ਭੁੱਖ ਲੱਗਣ ਲੱਗ ਗਈ ਆ ਮੈਂ ਜਦ ਹੀ ਕੈਨੇਡਾ ਤੋਂ ਆਈ ਨਾ ਇੰਨਾ ਖਾਧਾ ਉੱਥੇ ਮੈਂ ਉਹਦੇ ਚੀਜ਼ਾਂ ਬਹੁਤ ਵਧੀਆ ਨੇ ਯਾਰ ਪਰ ਮੈਂ ਕੀ ਕਰਾਂ ਸਾਨੂੰ ਆ ਸ਼ੱਕਰ ਬਾਰੇ ਜੇ ਦੇ ਆਪ ਤੇ ਨਹੀਂ ਇਹ ਵੀ ਤੁਹਾਨੂੰ ਖਵਾਉਂਗੀ ਤੁਹਾਨੂੰ ਪਤਾ ਇਹ ਨਾ ਕ੍ਰੇਮਿਕਾ ਦੇ ਜਿਹੜੇ ਸ਼ੂਗਰ ਕਰੈਕਰ ਬਿਸਕਿਟ ਆ ਨਾ ਦੇਖੋ ਕਿੰਨੇ ਸੋਹਣੀ ਪੈਕਿੰਗ ਆ ਪੈਕਿੰਗ ਆ ਸੀਰੀਅਸਲੀ ਇਹ ਦੇਖੋ ਸ਼ੂਗਰ ਅੱਛਾ ਬਟ ਇਹ ਸ਼ੂਗਰ ਹੋ ਕੇ ਵੀ ਸ਼ੂਗਰ ਵਾਲੇ ਨਹੀਂ ਹੈ ਨਹੀਂ ਮੈਂ ਅੱਧਾ ਹੀ ਲਊਂਗਾ ਐਡਾ ਵੱਡਾ ਤਾਂ ਖਾਧਾ ਹੀ ਨਹੀਂ ਆ ਨਾ ਐ ਨਾ ਕਰੋ ਠੀਕ ਆ ਐ ਨਾ ਕਰੋ ਖਾ ਕੇ ਦੇਖ ਤਾਂ ਖੰਡ ਵਾਲੇ ਆ ਆ ਹਾ 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 ਐ ਕਾ ਸ਼ੋ ਠੀਕ ਆ ਖਾਣ ਪੀਣ ਦਾ ਸਮਾਨ ਜਿਹੜੇ ਹਿਸਾਬ ਨਾਲ ਆ ਰਿਹਾ ਨਾ ਸਹੀ ਹੈ ਨਾ ਹੋਰ ਆਊਗਾ ਹੋਰ ਆਊਗਾ ਪਿਆਰ ਤਾਂ ਸਾਰੇ ਕਰਦੇ ਆ ਖਾਣ ਵਾਲੀਆਂ ਚੀਜ਼ਾਂ ਘੱਟ ਘੱਟ ਦਿੰਦਾ ਡਾਈਟਿੰਗ ਸ਼ਾਈਟਿੰਗ ਇਹ ਬਹੁਤ ਛੱਡੋ ਯਾਰ ਕ੍ਰੇਮਿਕਾ ਦੇ ਸ਼ੂਗਰ ਕਰੈਕਰ ਬਿਸਕੁਟ ਖਾਓ ਕਿੱਦਾਂ ਦੀ ਲੱਗਦੀ ਹੈ ਸ਼ੌਂਕਣ ਇੰਨੀ ਦੇਰ ਬਾਅਦ ਤੁਹਾਨੂੰ ਮਿਲ ਰਹੀ ਹੈ ਤੁਹਾਡਾ ਹੁਸਨ ਤੁਹਾਡਾ ਉਹ ਕੋਈ ਫਰਕ ਨਹੀਂ ਪਿਆ ਮੇਰਾ ਹੁਸਨ ਹੁਣ ਕੈਨੇਡਾ ਤੋਂ ਬਾਅਦ ਬਹੁਤ ਡੁੱਲ ਡੁੱਲ ਪੈਣ ਲੱਗ ਗਿਆ ਨਾ ਜ਼ਿਆਦਾ ਹੋ ਗਿਆ ਓ ਮਾਈ ਗੋਡ ਅੱਛਾ ਹੁਣ ਸਾਡੀ ਹੈਗੀਆਂ ਜੀ ਗੇਮਸ ਅੱਛਾ ਠੀਕ ਹੈ ਤੁਹਾਡੀਆਂ ਬਾਲ ਕਸੂਤੀਆਂ ਆਉਂਦੀਆਂ ਨੇ ਕਸੂਤੀਆਂ ਆਉਂਦੀਆਂ ਨੇ ਅੱਜ ਕੀ ਮੈਂ ਹੋਰ ਕਸੂਤੀਆਂ ਲੱਭ ਕੇ ਲਿਆਂਦੀਆਂ ਨੇ ਆਪਸ਼ਨ ਵੀ ਆ ਗੇਮ ਕਿ ਜਿਹੜੀ ਤੁਸੀਂ ਡਿਸਾਈਡ ਕੀਤੀ ਉਹੀ ਚੱਲੇਗੀ ਉਹ ਫਿਰ ਨਿੱਕ ਤਾਂ ਮਰਜ਼ੀ ਚੱਲੇਗੀ ਅੱਛਾ ਨਿੱਕ ਤਾਂ ਚੱਲਣ ਦੋ ਧੱਕਾ ਹੀ ਹੋਇਆ ਕਿ ਮਰਜ਼ੀ ਕਰ ਦਿਆ ਨਹੀਂ ਤੁਸੀਂ ਧੱਕਾ ਕਰਤੇ ਫਿਲਮਾਂ ਨਹੀਂ ਦਿੰਦੇ ਮੈਂ ਇੰਨਾ ਵੀ ਨਾ ਧੱਕਾ ਕਰਾਂ ਦੱਸੋ ਚਲੋ ਕੀ ਆ ਦੱਸੋ ਪਹਿਲੀ ਗੇਮ ਹੈਗੀ ਹੈ ਜੀ ਸਾਡੀ ਮਿੱਤਰ ਪਿਆਰਾ ਅੱਛਾ ਹਾਂਜੀ ਇਹਦੇ ਵਿੱਚ ਕੀ ਕਰਨਾ ਹੈ ਜੀ ਤੁਹਾਡੀ ਤੁਸੀਂ ਇੰਡਸਟਰੀ ਦੇ ਵਿੱਚ ਆਪਣੇ ਤਿੰਨ ਕੋਈ ਪੱਕੇ ਯਾਰ ਜਿਹੜੇ ਤੁਹਾਡੇ ਮਤਲਬ ਹਾਈ ਐਂਡ ਯਾਰ ਆ ਉਹਨਾਂ ਨੂੰ ਫੋਨ ਲਾਉਣਾ ਹੈ ਵਾਰ ਵਾਰੀ ਠੀਕ ਹੈ ਸਪੀਕਰ 'ਤੇ ਰੱਖਣਾ ਹੈ ਅਤੇ ਉਹਨਾਂ ਨੂੰ ਪਹਿਲੀਆਂ ਤਿੰਨ ਰਿੰਗਸ ਜਾਣਗੀਆਂ ਜਦੋਂ ਜੇ ਉਹਨਾਂ ਨੇ ਤੁਹਾਡੀਆਂ ਪਹਿਲੀਆਂ ਤਿੰਨ ਰਿੰਗ ਦੇ ਵਿੱਚ ਫੋਨ ਚੁੱਕ ਲਿਆ ਅਤੇ ਤੁਸੀਂ ਉਹਨਾਂ ਨੂੰ ਆਈ ਲਵ ਯੂ ਟੂ ਕਹਿ ਕੇ ਫੋਨ ਕੱਟ ਦੇਣਾ ਆਪਣੇ ਹਿਸਾਬ ਨਾਲ ਕਹਿ ਦਿਓ ਵੀ ਹੁਣ ਤੁਸੀਂ ਕੀ ਕਹਿਣਾ ਠੀਕ ਹੈ ਚਲੋ ਠੀਕ ਹੈ ਹੁਣ ਮੈਂ ਤਾਂ ਸਾਰੇ ਹੀ ਸਾਰਿਆਂ ਨਾਲ ਹੀ ਆ ਹੁਣ ਮੈਂ ਕਿਹਨੂੰ ਲਾਵਾਂ ਜਿਹੜਾ ਦੇਖਣਾ ਪੈਗਾ ਚਲੋ ਸ਼ੁਰੂ ਆ ਹਾਂਜੀ ਸ਼ੁਰੂ ਆ ਜੀ ਸਭ ਤੋਂ ਪਹਿਲਾਂ ਨਾਮ ਦੱਸ ਕੇ ਫੋਨ ਸਪੀਕਰ ਤੇ ਲਾ ਲਏ ਉਹ ਨਿੰਜੇ ਨੂੰ ਲਾਉਣਾ ਅੱਛਾ ਜੀ ਲੈ ਵੀ ਪਤਾ ਨਹੀਂ ਹੁਣ ਕੀ ਬਣਦਾ ਇੱਕ ਨਿੰਜੇ ਆਈ ਲਵ ਯੂ ਟੂ ਨਿੰਜੇ ਤੈਨੂੰ ਬਾਅਦ ਚ ਫੋਨ ਕਰਦਾ ਲਵ ਯੂ ਟੂ ਚੰਗਾ ਅਰਦਾਸ ਅੱਛਾ ਠੀਕ ਹੈ ਬੰਦੇ ਹੀ ਉਹ ਵੇਖਦਾ ਵੀ ਜਿਹੜੇ
ਮੋਸਟਲੀ ਆਊਟ ਆਫ ਕੰਟਰੀ ਆ ਨਹੀਂ ਨਹੀਂ ਐਦਾਂ ਨਾ ਕਰੋ ਦੋ ਹੋ ਗਏ ਦੋ ਹੋ ਗਏ ਯਾਰ ਮੈਨੂੰ ਤੁਸੀਂ ਬੜਾ ਤਿੰਨ ਬੰਦੇ ਕਹੇ ਸ਼ੁਕਰ ਕਰੋ ਮੈਂ ਪੰਜ ਜਾਂ ਦਸ ਨਹੀਂ ਕਹਿਤੇ ਤੁਹਾਨੂੰ ਸਿਰਫ ਤਿੰਨ ਦੋ ਤਾਂ ਹੋ ਗਏ ਨਿੰਜਾ ਸ਼ੁਕਰ ਬੰਦੇ ਹੀ ਗਏ ਤੁਸੀਂ ਨਹੀਂ ਐਸ ਯੂ ਵਿਸ਼ ਨਹੀਂ ਬੰਦੀਆਂ ਵੀ ਇਨਕਲੂਡਿਡ ਨੇ ਕੋਈ ਚੱਕਰ ਨਹੀਂ ਐਸ ਯੂ ਵਿਸ਼ ਪਤਾ ਲੱਗੇ ਥੱਲੇ ਆ ਕੇ ਡੰਗਲ ਲੈ ਚਲੋ ਮੈਂ ਲਾਉਣਾ ਫੋਨ ਚੱਗਰ ਨਾਮ ਨੂੰ ਲਾਉਣਾ ਭੁੱਲਰ ਨੂੰ ਨੰਬਰ ਹੀ ਉਹਦੇ ਤਿੰਨ ਆ ਮੇਰੇ ਕੋਲ ਹੁਣ ਉਹ ਕਿਹੜਾ ਚੁੱਕੂਗਾ ਡਾਰਲਿੰਗ ਆਈ ਲਵ ਯੂ ਟੂ ਯਾਰ ਬੜਾ ਬਸ 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 ਕੱਟ ਦੋ ਸੁਤਾ ਵਸਿਆ ਤੈਨੂੰ ਬਾਅਦ ਚ ਫੋਨ ਕਰਦਾ ਸ਼ਾਇਦ ਤੈਨੂੰ ਵੀ ਆਉਣਾ ਪੈਣਾ ਇਸ ਝੰਜਟ ਚ ਥੈਂਕ ਯੂ ਲਵ ਯੂ ਕਰਦਾ ਤੈਨੂੰ ਚੰਗਾ ਉਹ ਕਰਦਾ ਤੈਨੂੰ ਗੱਡੀ ਬਹਿ ਕੇ ਕਰਦਾ ਗੱਲ ਨਾ ਕੱਢ ਕਰਦਾ ਕਰਦਾ ਠੀਕ ਓ ਜੀ ਕੀ ਬਾਤ ਹੈ ਪਰ ਪਹਿਲੀ ਚੱਕ ਦੇ ਭਰਾ ਸਾਡੇ ਕੀ ਬਾਤ ਹੈ ਭਾਈ ਦੇਖੋ ਹੁਣ ਤੁਹਾਨੂੰ ਨਾ ਇੱਥੋਂ ਪਤਾ ਲੱਗ ਗਿਆ ਹੋਣਾ ਕਿ ਔਖੇ ਵੇਲੇ ਜੇ ਤੁਹਾਨੂੰ ਕਦੀ ਕਿਸੇ ਦੀ ਲੋੜ ਪਵੇ ਰੱਬ ਨਾ ਪਾਵੇ ਜੇ ਪਵੇ ਤੇ ਕੌਣ ਕੌਣ ਤੁਹਾਡਾ ਫੋਨ ਚੁੱਕ ਸਕਦਾ ਹੈ ਤੇ ਕੌਣ ਸਵਿਚ ਆਫ ਕਰ ਸਕਦਾ ਹੈ ਤੇ ਕਿਹਦੇ ਸਿਰਫ ਟੂ ਹੀ ਵੱਜ ਸਕਦਾ ਨਹੀਂ ਸਵਿਚ ਆਫ ਵਾਲਾ ਤਾਂ ਉਹ ਚਲੋ ਪਹਿਲਾਂ ਸੀਗਾ ਹਾਂ ਮਤਲਬ ਖਤਮ ਗੇਮ ਹਾਂ ਨਹੀਂ ਤੁਸੀਂ ਦੱਸ ਦੋ ਜੇ ਉਹ ਬੰਦੀਆਂ ਤੁਹਾਡੇ ਵੱਲੋਂ ਖਤਮ ਆ ਮੇਰੀ ਤਾਂ ਪੈ ਗਈ ਨਾ ਇਹ ਤਾਂ ਕੀ ਚੀਜ਼ ਹੈ ਮੈਂ ਤਾਂ ਗੱਡੀ 'ਚ ਬਹਿ ਕੇ ਪਤਾ ਨਹੀਂ ਕੀ ਕੀ ਕਹੂੰਗਾ ਉਹਨਾਂ ਨੂੰ ਵੀ ਯਾਰ ਆ ਹੋ ਗਿਆ ਜੀ ਇਹ ਤੁਸੀਂ ਕੁਝ ਬੰਦੀਆਂ ਦੀ ਵੀ ਗੱਲ ਕਰ ਰਹੇ ਸੀ ਜੀ ਥੈਂਕ ਯੂ ਸੋ ਮਚ ਜੀ ਤੁਸੀਂ ਐਡੀ ਵਧੀਆ ਸਾਡੀ ਗੇਮ ਖੇਡੀ ਇੰਨਾ ਡੇਅਰ ਕਰਕੇ ਇਸ ਖੁਸ਼ੀ ਦੇ ਵਿੱਚ ਤੁਹਾਨੂੰ ਇੱਕ ਹੋਰ ਸ਼ੂਗਰ ਕਿੱਸਾ ਦਿੱਤਾ ਜਾਏਗਾ ਇਹ ਕਿੱਥੋਂ ਆਇਆ ਤੁਹਾਨੂੰ ਮੈਚਿੰਗ ਹੈ ਨਹੀਂ ਇਹ ਆਏ ਕਿੱਥੋਂ ਇਹ ਜੀ ਖੁਦ ਕੈਨੇਡਾ ਰਿਟਰਨ ਸ਼ੂਗਰ ਕਿੱਸੇ ਨੇ ਇਹ ਇਹਨਾਂ ਦਾ ਕੋਈ ਰੀਬਨ ਫੈਕਟਰੀ ਵਾਲੇ ਬਣਾ ਰਹੇ ਆ ਇਹ ਜੀ ਸਾਡੀ ਖੁਦ ਦੀ ਪੈਕਿੰਗ ਹੈ ਅੱਛਾ ਚਲੋ ਵਧੀਆ ਉਹ ਇਸ ਤੋਂ ਬਾਅਦ ਵੀ ਆਉਣੇ ਹਾਂਜੀ ਆਣਗੇ ਬਿਲਕੁਲ ਜਿਹੜੀ ਜਿਹੜੀ ਚੀਜ਼ ਦੇ ਵਿੱਚ ਮੈਂ ਠੀਕ ਹੁੰਦਾ ਗਿਆ ਠੀਕ ਹੁੰਦੇ ਗਏ ਅੰਗਰੇਜ਼ੀ ਵਾਲੀ ਕਲਾਸ ਦੇ ਵਿੱਚ ਉਹ ਤੁਹਾਨੂੰ ਤੁਸੀਂ ਉਹ ਹਾਂ ਸੱਚ ਅੱਧੀ ਰਾਤ ਬਾਹਰ ਨਾ ਨਿਕਲੋ ਸੋਹਣੀ ਚੁੜੇਲ ਉਡੀਕ ਚ ਹੈ ਆ ਤਾਂ ਸਾਡਾ ਗਾਣਾ ਆ ਰਿਹਾ ਤੁਸੀਂ ਤਾਂ ਹਾਂ ਤੇ ਫਿਰ ਤੁਹਾਨੂੰ ਉੱਥੋਂ ਮੈਂ ਤੁਹਾਨੂੰ ਬਚਾ ਰਹੀ ਹਾਂ ਕਿ ਅੱਧੀ ਰਾਤ ਨੂੰ ਬਾਹਰ ਨਾ ਨਿਕਲੋ ਸੋਹਣੀ ਚੁੜੇਲ ਤੁਹਾਡੀ ਉਡੀਕ ਚ ਹੈ ਜੇ ਸੋਹਣੀ ਚੁੜੇਲ ਨੇ ਤੁਹਾਨੂੰ ਫਸਾ ਲਿਆ ਤੇ ਫਿਰ ਇਸ ਸੋਹਣੀ ਸ਼ੌਂਕਨ ਦੇ ਤੁਸੀਂ ਕਿੱਦਾਂ ਆਉਂਗੇ ਕਲਾਸ ਦੇ ਵਿੱਚ ਇਹ ਤੁਹਾਨੂੰ ਕਿੱਦਾਂ ਪਤਾ ਵੀ ਉਹ ਸੋਹਣੀ ਆ ਦੇਖੋ ਚੁੜੇਲ ਨਹੀਂ ਮੈਂ ਦੇਖੀ ਸੀ ਮੈਂ ਦੇਖੀ ਦੇਖੋ ਕੁੜੀਆਂ ਸੋਹਣੀਆਂ ਹੀ ਹੁੰਦੀਆਂ ਨੇ ਭਾਵੇਂ ਉਹ ਚੜੇਲ ਹੋਵੇ ਭਾਵੇਂ ਉਹ ਭੂਤਨੀ ਹੋਵੇ ਤੁਸੀਂ ਆਪਣੇ ਆਪ ਨਹੀਂ ਚੀਜ਼ ਵੇਖ ਲਿਆ ਯਾਰ ਐਦਾਂ ਤਾਂ ਨਾ ਕਰੋ ਐਦਾਂ ਕਰਦਾ ਹੀ ਨਾ ਤਾਂ ਨਾ ਕਿਹਾ ਕਰੋ ਯਾਰ ਯਾਰ ਹੁਣ ਇੰਨਾ ਕਿਤਾ ਕਰ ਹੀ ਸਕਦੇ ਮੇਰੇ ਕਹਿਣ ਦਾ ਮੋਟਿਵ ਇਹ ਸਮਝੋ ਭਾਵਨਾ ਵਾਂਗੂ ਕਿ ਜੇ ਸੋਹਣੀ ਚੜੇਲ ਹਾਂ ਆ ਵੀ ਉੱਥੇ ਹੀ ਆ ਜਾਂਦੀ ਗੱਲ ਬੰਦਾ ਕੁੱਲ ਮਿਲਾ ਕੇ ਸੋਹਣਾ ਬੰਦਾ ਖਤਰਨਾਕ ਹੀ ਹੁੰਦਾ ਆ ਤੇ ਸਾਡਾ ਗਾਣਾ ਰਿਲੀਜ਼ ਹੋ ਚੁੱਕਿਆ ਅੱਧੀ ਰਾਤ ਤੇ ਮੇਰਾ ਮੇਰਾ ਬਹੁਤ ਪਸੰਦੀਦਾ ਗੀਤ ਸੀ ਅਸੀਂ ਬਹੁਤ ਟਾਈਮ ਤੋਂ ਬਣਾਇਆ ਸੀ ਜੱਸੀ ਲੋਕਾਂ ਨੇ ਲਿਖਿਆ ਸੀ ਤੇ ਚਲੋ ਵਧੀਆ ਤੁਸੀਂ ਇਹਨੂੰ ਤੁਹਾਨੂੰ ਵੀ ਪਤਾ ਕਿ ਆਇਆ ਹੋਇਆ ਤੁਸੀਂ ਸੁਣਿਆ ਬਹੁਤ ਸੋਹਣਾ ਗਾਣਾ ਆ ਸਾਰਿਆਂ ਨੂੰ ਬਹੁਤ ਉਡੀਕ ਸੀ ਕਿ ਬਾਬਾ ਜੀ ਦਾ ਕੁਝ ਸੈਡ ਟਾਈਪ ਜਿਹਾ ਗਾਣਾ ਆਵੇ ਬਹੁਤ ਦੇਰ ਬਾਅਦ ਮਤਲਬ ਤੁਹਾਨੂੰ ਇਸ ਗਾਣਾ ਗਾਉਣ ਵੇਲੇ ਕੁਝ ਯਾਦ ਆਇਆ ਕੁਝ ਪੁਰਾਣੀਆਂ ਮੈਮਰੀਜ਼ ਚੋਂ ਨਹੀਂ ਐ ਤਾਂ ਨਹੀਂ ਕਹਿ ਦੋ ਕੋਈ ਚੱਕਰ ਨਹੀਂ ਨਹੀਂ ਜਦੋਂ ਸਾਡਾ ਯਾਰੀ ਚੰਡੀਗੜ੍ਹ ਵਾਲੀ ਆਇਆ ਉਦੋਂ ਵੀ ਤੁਸੀਂ ਕੀਤਾ ਸੀ ਸਵਾਲ ਬਾਬਾ ਜੀ ਕਿਸੇ ਦੇ ਹੱਥ ਖੜੇ ਕਰਾਏ ਸਭ ਯਾਦ ਆ ਤੁਹਾਨੂੰ ਯਾਦ ਆ ਲੈ ਦੱਸ ਪਿਆਰ ਹੀ ਬਹੁਤ ਆ ਸ਼ੌਂਕ ਨਾਲ ਕੀ ਕਰੀਏ ਉਸ ਤੁਹਾਡੇ ਸ਼ੋਅ ਚ ਆ ਕੇ ਇੰਨਾ ਰੌਣਕ ਮੇਲਾ ਹੋ ਜਾਂਦਾ ਵਧੀਆ ਵਧੀਆ ਲੱਗ ਰਿਹਾ ਨਾ ਤੁਹਾਨੂੰ ਆ ਸੈਡ ਸੌਂਗ ਵੀ ਐ ਲੱਗਿਆ ਮੈਂ ਬੀਟ ਗਾਇਆ ਹੱਸਦੇ ਹੱਸਦੇ ਗਾਤਾ ਮੈਂ ਐ ਹੀ ਸੀਗਾ ਐ ਗਾਇਆ ਅੱਧੀ ਰਾਤ ਤੁਹਾਡਾ ਨਾ ਬੜਾ ਖੂਨ ਵੱਧਦਾ ਨਾ ਜਿੰਨਾ ਹੱਸਦੇ ਤੁਸੀਂ ਲੱਗ ਰਿਹਾ ਨਾ ਤੁਸੀਂ ਉਹਨੇ ਕਿਹਾ ਸੀ ਖੂਬਸੂਰਤੀ ਬਾਬਾ ਰਾਮਦੇਵ ਦਾ ਹੱਸਣ ਨਾਲ ਖੂਨ ਵੱਧਦਾ ਅੱਛਾ ਹੁਣ ਮੈਂ ਥੋੜਾ ਜਿਹਾ ਖੂਨ ਘੱਟ ਕਰਕੇ ਆਪਾਂ ਅਗਲੀ ਗੇਮ ਮੈਂ ਲਾਈਏ ਆ ਮੜੇ ਮੇਰਾ ਨਾ ਸਕਾਓ ਚਲੋ ਹਲੇ ਤਾਂ ਸਕਾਣਗੇ ਜਿਨ੍ਹਾਂ ਨੂੰ ਤੁਸੀਂ ਮਿੱਤਰ ਪਿਆਰਿਆਂ ਨੂੰ ਫੋਨ ਲਾਇਆ ਸੀ ਕਰਦਾ ਉਹਨਾਂ ਨੂੰ ਦੋਨੋਂ ਹੋਏ ਪਏ ਆ ਡੌਰ ਭੌਰ ਜੀ ਹੁਣ ਸਾਡੀ ਇਹ ਦੂਸਰੀ ਗੇਮ ਹੈਗੀ ਆ ਜੀ ਚਮਚਾ ਚੁਕਿੰਗ ਤੇ ਗਲਾਸ ਚ ਸੁੱਟਿੰਗ ਹੈ ਠੀਕ ਹੈ ਇਹ ਤੁਸੀਂ ਵੀ ਖੇਡੋਗੇ ਤੇ ਮੈਂ ਵੀ ਖੇਡੂੰਗੀ ਤੁਹਾਡੇ ਨਾਲ ਜਿਹੜਾ ਮੈਨੂੰ ਜਿੰਨੇ ਜ਼ਿਆਦਾ ਚਮਚੇ ਪਾ ਲੇ ਉਹ ਜਿੱਤ ਗਿਆ ਜ਼ਿਆਦਾ ਚਮਚੇ 5 ਚਮਚੇ ਹਾਂ ਕਰੀਏ ਸ਼ੁਰੂ 1 2 ਕਿਲੋ ਗਲਾਸ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਨਹੀਂ ਜੀ ਇਹ ਇੱਦਾਂ ਹੀ ਰਹੇਗਾ ਗਲਾਸ ਲੈ ਆਪਣਾ ਅੱਗੇ ਕਰ ਲਿਆ ਬੰਦੇ ਨਹੀਂ ਨਹੀਂ ਇੱਧਰ ਇੱਧਰ ਰੱਖ ਲੋ ਲੈ ਹਾਂ ਠੀਕ ਹੈ ਠੀਕ ਹੈ ਚਲੋ ਬੜਾ ਲੱਗੇ ਕਰ ਲਾ ਚਲੋ ਸਟਾਰਟ ਸਟਾਰਟ ਨਹੀਂ ਕਰਨਾ ਥੱਲੇ ਉਹ ਫੜ ਲਿਆ ਮੈਂ
ਇਹ ਨਾ ਇੱਥੇ ਉਹਨੇ ਕੋਈ ਕਹਿ ਰਿਹਾ ਸੀ ਉਹ ਬਸ ਨਹੀਂ ਯਾਰ ਇਦਾਂ ਹੀ ਕਰਨੀ ਹੈ। ਅੱਛਾ ਬੜੀ ਤਿਆਰੀ ਹੈ ਯਾਰ। ਇਹ ਦੇਖੋ ਜੀ ਮੈਂ ਪਹਿਲੇ ਵਾਰੀ ਤੁਹਾਡੇ ਨਾਲ ਹੀ ਖੇਡ ਰਹੀ ਹਾਂ। ਮੈਨੂੰ ਲੱਗਦਾ ਨਿੱਕੇ ਦੇ ਤੇ ਆ ਭਾਰੇ ਭਾਰੇ ਚਮਚੇ ਤੁਸੀਂ ਉਹ ਯਾਰ ਤੁਹਾਡੀ ਨਜ਼ਰ ਲੱਗੀ ਮੇਰਾ ਇੱਕ ਚਮਚਾ ਹੀ ਨੀ ਪੈ ਰਿਹਾ ਹੁਣ। ਲੋ ਜੀ ਹਲੋ ਆਪਾਂ ਜਿੱਤ ਗਏ ਆਲਵੇਜ਼। ਇਹ ਸ਼ੂਗਰ ਕਿਸੇ ਹਾਂ ਤੁਹਾਨੂੰ ਦੇ ਰਿਹਾ ਮੈਂ। ਥੈਂਕ ਯੂ ਸੋ ਮਚ। ਮੈਂ ਵੀ ਤਾਂ ਮਕਾਉਣੇ ਆ ਨਾ। ਮੁਬਾਰਕ ਤੁਸੀਂ ਜਿੱਤ ਗਏ। ਥੈਂਕ ਯੂ ਸੋ ਮਚ। ਬਹੁਤ ਬਹੁਤ ਵਧਾਈ। ਐਦਕੀ ਮੈਂ ਇੱਕ ਚੀਜ਼ ਪੁਰਾਣੀ ਰੱਖੀ ਆ ਕਿਉਂਕਿ ਆਪਾਂ ਦਿਲ ਤੋਂ ਦੇਸੀ ਆ ਨਾ ਭਾਵੇਂ ਕੈਨੇਡਾ ਤੋਂ ਆਈਏ ਭਾਵੇਂ ਅਮਰੀਕਾ ਤੋਂ ਆਈਏ ਇਹ ਤਾਂ ਗੱਲ ਪੱਕੀ ਆ ਨਾ। ਕਿੰਨੇ ਟਾਈਮ ਬਾਅਦ ਕੈਨੇਡਾ ਗਿਆ ਹੋਣੀ ਤੁਸੀਂ? ਹਾਂ ਪਹਿਲੀ ਵਾਰ ਗਈ ਸੀ ਨਾ। ਅੱਛਾ ਕਿਹੜੇ ਸ਼ਹਿਰ ਕਿਹੜੇ ਗਏ ਸੀ? ਉਹ ਤਾਂ ਇਹ ਕਹਿੰਦੇ ਨੇ ਮੈਲਬਰਨ। ਮੈਨੂੰ ਲਿਖਣ ਚ ਵੀ ਥੋੜਾ ਜਿਹਾ ਔਖਾ ਲੱਗਦਾ ਤੇ ਬੋਲਣ ਚ ਵੀ। ਮੈਂ ਸਿਸਾਗਾ ਕਹਿ ਦਿੰਦੀ ਪਤਾ ਹੁੰਦਾ ਨਾ ਜਿਹੜਾ ਗਿਆ ਉਹਨੂੰ ਪਤਾ ਹੁੰਦਾ। ਚਲੋ ਛੱਡੋ ਚਲੋ ਛੱਡੋ ਛੱਡੋ ਯਾਰ। ਅੱਛਾ ਹੁਣ ਨਾ ਮੈਂ ਤੁਹਾਨੂੰ ਪੁੱਛਣੀਆਂ ਨੇ ਬੁਝਾਰਤਾਂ। ਅੱਛਾ ਹਾਂਜੀ ਤੇ ਬੁਝਾਰਤਾਂ ਪੁੱਛੂਗੀ ਤੁਸੀਂ ਬਸ ਬੁਝਣੀਆਂ ਨੇ। ਪੈਰ ਬਿਨਾ ਚੌਂਕੀ ਚੜੇ ਪੈਰ ਬਿਨਾ ਚੌਂਕੀ ਚੜੇ ਮੂੰਹ ਬਿਨਾ ਆਟਾ ਖਾਏ ਮਾਰਨ ਤੇ ਉਹ ਜੀ ਉੱਠੇ ਬਿਨਾ ਮਾਰਿਆ ਮਰ ਜਾਏ। ਚਲੋ ਮੈਂ ਤੁਹਾਨੂੰ ਥੋੜਾ ਹਿੰਟ ਦੇ ਦਿੰਦੀ ਹਾਂ ਤੁਹਾਡੀ ਉਸ ਚੀਜ਼ ਦੇ ਨਾਲ ਹੀ ਰਿਲੇਟਿਡ ਆ ਤੁਹਾਡੇ ਸੰਗੀਤ ਦੇ ਨਾਲ ਹੀ ਰਿਲੇਟਿਡ ਆ। ਮਾਰਨ ਤੇ ਕੀ ਸੀਗਾ ਇੱਕ ਦੁਬਾਰਾ ਪਾਇਓ। ਬਹੁਤ ਪੈਰ ਬਿਨਾ ਚੌਂਕੀ ਚੜੇ ਪੈਰ ਬਿਨਾ ਚੌਂਕੀ ਚੜੇ ਮੂੰਹ ਬਿਨਾ ਆਟਾ ਖਾਏ ਤਬਲਾ। ਕਿਆ ਬਾਤ ਹੈ। ਅੱਗੇ ਫਿੱਟੇ ਮੂੰਹ ਉਸ ਵੱਡੀ ਦਾ ਜਿਸ ਵੱਖ ਵੱਖ ਕਰਾਇਆ ਸ਼ਾਬਾਸ਼ੇ ਉਸ ਛੋਟੀ ਦਾ ਜਿਸ ਵਿਛੜਿਆਂ ਤਾਈਂ ਮਿਲਾਇਆ। ਫਿੱਟੇ ਮੂੰਹ ਵੱਡੀ ਦਾ ਜਿਹਨੇ ਵੱਖ ਵੱਖ ਕਰਾਇਆ ਸ਼ਾਬਾਸ਼ੇ ਛੋਟੀ ਦਾ ਜਿਹਨੇ ਵਿਛੜਿਆਂ ਤਾਈਂ ਮਿਲਾਇਆ। ਫਿੱਟੇ ਮੂੰਹ ਵੱਡੀ ਦਾ ਉਹਨੂੰ ਮੈਂ ਇਸ਼ਾਰਾ ਕਰਤਾ ਤੁਸੀਂ ਉਹੀ ਬੋਝ ਲੈਣੀ ਹੈ। ਸੂਈ ਕੈਂਚੀ। ਓਏ ਹਾਏ ਸੱਚੀ ਕਹਿ ਰਹੇ ਸੀ ਤੁਸੀਂ ਰਾਹ ਨਹੀਂ ਭੁੱਲੋ। ਨਹੀਂ ਮੈਂ ਸੂਈ ਤੱਕ ਬੋਲਣ ਲੱਗਾ ਸੀਗਾ। ਕੈਂਚੀ ਤੇ ਸੂਈ ਹਾਂਜੀ ਪਹਿਲੋਂ ਛੋਟੇ ਸੀ। ਅਗਲੀ ਸਰਕ ਸਰਕ ਕੇ ਤੁਰਦਾ ਹੈ ਪਰ ਸੱਪ ਨਹੀਂ ਡੰਡੇ ਨਾਲ ਚੱਲਦਾ ਹੈ ਪਰ ਬਲਦ ਨਹੀਂ ਲੱਖਾਂ ਫਲ ਨੇ ਲੱਗਦੇ ਪਰ ਵੇਲ ਨਹੀਂ ਬਾਤ ਸਾਡੀ ਬੁਝਣੀ ਯਾਰੋ ਖੇਲ ਨਹੀਂ। ਦੁਬਾਰਾ ਬੋਲਦੀ ਹਾਂ ਸਰਕ ਸਰਕ ਕੇ ਤੁਰਦਾ ਹੈ ਪਰ ਸੱਪ ਨਹੀਂ। ਅੱਛਾ ਨਾਲ ਇਸ਼ਾਰੇ ਵੀ ਦੇਖਿਓ ਮੈਂ ਤੁਹਾਨੂੰ ਹਿੰਟ ਦੇ ਰਹੀ ਹਾਂ। ਦੇਖੋ ਯੂ ਨੋ ਕੈਨੇਡਾ ਤੁਸੀਂ ਵੀ ਗਏ। ਡੰਡੇ ਨਾਲ ਚੱਲਦਾ ਹੈ ਪਰ ਬਲਦ ਨਹੀਂ ਲੱਖਾਂ ਫਲ ਨੇ ਲੱਗਦੇ ਪਰ ਵੇਲ ਨਹੀਂ ਬਾਤ ਸਾਡੀ ਬੁਝਣੀ ਯਾਰੋ ਖੇਲ ਨਹੀਂ। ਦੂਸਰਾ ਵਾਲਾ ਨਹੀਂ ਹੈ ਸਾਈਕਲ ਦਾ। ਸਾਈਕਲ ਦਾ ਵੀ ਟਾਇਰ ਚੱਕਾ ਹੀ ਕਹਿ ਦਿੰਦੇ ਉਹ ਵਾਲਾ ਚੱਕਾ ਨਹੀਂ ਹੈ ਇਹ। ਚੱਕੀ ਦਾ ਪੁੜਾ ਹੋ ਸਕਦਾ ਜਾਂ ਉਹ ਮਤਲਬ ਹੈਗਾ ਚੱਕਾ ਹੀ ਆ ਆਟੇ ਵਾਲਾ ਵੀ ਨਹੀਂ ਆ ਸਾਈਕਲ ਵਾਲਾ ਵੀ ਹੈ ਨਾ ਇੱਕ ਹੋਰ ਆ ਜਿਹੜਾ ਸਾਨੂੰ ਇੰਨਾ ਕੁਛ ਬਣਾ ਕੇ ਦਿੰਦੇ ਨੇ ਉਹ ਅੱਛਾ ਉਹ ਵਾਲਾ ਜਿੱਤ ਬਰਤਨ ਬਣਾਉਂਦੇ ਹਾਂ ਕੀ ਕਹਿੰਦੇ ਨੇ ਉਹਨੂੰ ਕੱਲਿਆ ਕੁਮਿਆਰ ਦਾ ਚੱਕਾ। ਹਾਂ ਕੁਮਿਆਰ ਦਾ ਚੱਕਾ ਹਾਂ ਉਹ ਵਾਲਾ।
ਕਲਿਆਰ ਪਤਾ ਨਹੀਂ ਕੀ ਕਹਿੰਦੇ ਇੱਧਰ ਕੁਛ ਕਲਿਆਰ ਦਾ। ਅਗਲਾ ਇੱਕ ਬਰੂਟੀ ਚੰਬਰ ਝੂਟੀ ਮੇਵਾ ਵੰਨ ਸਵੰਨਾ ਦਾ ਜਾਂ ਬਰੂਟੀ ਪੱਕਣ ਲੱਗੀ ਚੁਰਮਟ ਪੈ ਗਿਆ ਰੰਨਾ ਦਾ। ਮੱਖੀਆਂ ਇੱਕ ਬਰੂਟੀ ਚੰਬਰ ਝੂਟੀ ਮੇਵਾ ਵੰਨ ਸਵੰਨਾ ਦਾ ਖਾਣ ਵਾਲੀ ਚੀਜ਼ ਆ ਜਾਂ ਬਰੂਟੀ ਪੱਕਣ ਲੱਗੀ ਚੁਰਮਟ ਪੈ ਗਿਆ ਰੰਨਾ ਦਾ। ਇੱਕ ਬਰੂਟੀ ਚੰਬਰ ਝੂਟੀ ਮੇਵਾ ਵੰਨ ਸਵੰਨਾ ਦਾ ਜਾਂ ਬਰੂਟੀ ਪੱਕਣ ਲੱਗੀ ਚੁਰਮਟ ਪੈ ਗਿਆ ਰੰਨਾ ਦਾ। ਖਾਣ ਵਾਲੀ ਚੀਜ਼ ਆ ਜਦੋਂ ਆਪਾਂ ਖਾਂਦੇ ਹਾਂ ਤਾਂ ਸਾਰੇ ਫਟਾਫਟ ਆ ਕੇ ਖਾਣ ਲੱਗ ਜਾਂਦੇ ਆ। ਉਹ ਤਾਂ ਸਾਰਾ ਕਿੰਨੀਆਂ ਚੀਜ਼ਾਂ ਵਾ ਜਾਂ ਫਿਰ ਜਦੋਂ ਆਪਾਂ ਖਾਂਦੇ ਹਾਂ ਤਾਂ ਸਾਰੇ ਖਾਣ ਲੱਗ ਜਾਂਦੇ। ਖਾਣ ਵਾਲੀ ਚੀਜ਼ ਤਾਂ ਸਾਰੇ ਖਾਣ ਲੱਗ ਜਾਂਦੇ। ਖਾਣ ਵਾਲੀਆਂ ਤਾਂ ਕਿੰਨੀਆਂ ਚੀਜ਼ਾਂ ਹੁਣ ਸਾਰੇ ਖਾਣ ਲੱਗ ਜਾਂਦੇ ਜਦੋਂ ਉਹ ਖਾਣ ਵਾਲੀ ਚੀਜ਼ ਜਾਂਦੇ ਰੱਬ ਹੀ ਜਾਂਦੇ। ਚਲੋ ਤੰਦੂਰ। ਅੱਛਾ ਤੰਦੂਰ ਇੱਕ ਬਰੂਟੀ ਚੰਬਰ ਝੂਟੀ ਇਹੀ ਸੀਗੀ ਬਾਤ। ਇੱਕ ਬਰੂਟੀ ਚੰਬਰ ਝੂਟੀ ਮੇਵਾ ਵੰਨ ਸਵੰਨਾ ਦਾ ਜਾਂ ਬਰੂਟੀ ਪੱਕਣ। ਅੱਛਾ ਜਦੋਂ ਗਰਮ ਹੁੰਦੀ ਪਕੜਨ ਦਾ। ਓਕੇ ਓਕੇ ਠੀਕ ਹੈ ਬਾਬਾ ਜੀ, ਤੁਸੀਂ ਮੋਸਟਲੀ ਮੇਰੀਆਂ ਸਾਰੀਆਂ ਬੁਝਾਰਤਾਂ ਦੇ ਜਵਾਬ ਦਿੱਤੇ। ਤੁਸੀਂ ਪਹਿਲਾਂ ਹੀ ਕਹਿ ਰਹੇ ਸੀ ਖਾਣ ਵਾਲੀਆਂ ਬਹੁਤ ਚੀਜ਼ਾਂ ਮਿਲਣਗੀਆਂ ਅਤੇ ਬਹੁਤ ਮਿਲਣਗੀਆਂ, ਇੱਕ ਹੋਰ ਤੁਹਾਡੇ ਲਈ। ਠੀਕ ਹੈ ਜੀ, ਬਹੁਤ ਧੰਨਵਾਦ। ਸਵਾਦ ਆ ਇਹ, ਇੱਕ ਬੜਾ ਔਖਾ ਕੰਮ ਹੈ ਯਾਰ, ਇਹ ਤਾਂ ਖਾਧੇ ਨਹੀਂ ਜਾਣੇ ਇੰਨੇ, ਇੰਨਾ ਮਿੱਠਾ ਮੈਨੂੰ ਦੇ ਕੇ ਕੀ ਕੀ ਚਾਹੁੰਦੇ ਹੋ ਤੁਸੀਂ ਵੀ? ਮੈਂ ਫਿਰ ਮੋਟਾ ਜਾ ਬਾਬਾ ਜੀ, ਹੁਣ ਸਾਡੀ ਨਾ ਕਲਾਸ ਖਤਮ ਕਰਨ ਦਾ ਟਾਈਮ ਹੋ ਗਿਆ। ਮੈਨੂੰ ਪਤਾ ਤੁਹਾਡਾ ਬਿਲਕੁਲ ਵੀ ਜਾਣ ਦਾ ਮਨ ਨਹੀਂ ਕਰ ਰਿਹਾ। ਹਾਂ ਨਹੀਂ ਜਾਂਦਾ, ਦੇਖੋ ਨਹੀਂ ਕਰ ਰਿਹਾ ਨਾ। ਪੱਕਾ ਪੱਕਾ ਪੱਕਾ, ਇਹ ਜਿੱਦਾਂ ਮੂੰਹ ਬਣਾ ਕੇ ਕਹਿ ਰਹੇ ਮੈਨੂੰ ਲੱਗ ਨਹੀਂ ਰਿਹਾ। ਨਹੀਂ ਮੈਂ ਕਹਿੰਦਾ ਬਹੁਤ ਵਧੀਆ ਲੱਗ ਰਿਹਾ, ਵੇਖੋ ਸਮਾਨ ਆ ਰਿਹਾ, ਤੁਸੀਂ ਗੇਮਾਂ ਖੇਡ ਰਹੇ ਹੋ। ਹਾਂਜੀ ਖਿਡਾ, ਵਧੀਆ ਲੱਗ ਰਿਹਾ, ਖਿਡਾ ਰਹੇ ਹੋ। ਹਾਂਜੀ ਅਤੇ ਫਿਰ ਮੈਂ ਜਿਹੜਾ ਉਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਾਂ। ਕਰ ਲਓ ਕਰ ਲਓ, ਹੈ ਨਾ। ਅਤੇ ਜੇਕਰ ਤੁਸੀਂ ਵੀ ਮੇਰੇ ਕਲਾਸ ਦੇ ਵਿੱਚ ਆਉਣਾ ਚਾਹੁੰਦੇ ਹੋ ਅਤੇ ਮੀਟ ਕਰਨਾ ਚਾਹੁੰਦੇ ਹੋ ਮੈਨੂੰ ਅਤੇ ਆਪਣੇ ਫੇਵਰੇਟ ਫੇਵਰੇਟ ਸਲੈਬਸ ਨੂੰ, ਤਾਂ ਤੁਹਾਨੂੰ ਪਿਟਾਰਾ ਦੇ ਹੇਠਾਂ ਲਿਖਿਆ ਹੋਇਆ ਇੱਕ ਛੋਟੇ ਜਿਹੇ ਵਟਸਐਪ ਨੰਬਰ 'ਤੇ ਇੱਕ ਜਵਾਬ ਦੇਣਾ ਪਏਗਾ ਕਿ ਬਾਬਾ ਜੀ ਨੇ ਕਿਹੜੀ ਬੁਝਾਰਤ ਦਾ ਜਵਾਬ ਨਹੀਂ ਦਿੱਤਾ ਸੀ। ਠੀਕ ਹੈ, ਦੇ ਦਈਓ, ਦੱਸ ਦਈਓ ਮੈਨੂੰ। ਠੀਕ ਹੈ, ਅਤੇ ਤੁਹਾਡੇ ਲਈ ਹੋਰ ਚੀਜ਼ ਆ। ਓਹ ਮਾਈ ਰੱਬਾ, ਇਹ ਤਾਂ ਦੇਖੋ ਜੀ ਕ੍ਰੈਮਿਕਾ ਵੱਲੋਂ ਇੱਕ ਛੋਟਾ ਜਿਹਾ ਗਿਫਟ ਆ। ਠੀਕ ਆ, ਸੋ ਪਲੀਜ਼ ਇਹ ਤੁਹਾਡੇ ਫੇਵਰੇਟ ਬਿਸਕੁਟ ਕ੍ਰੈਮਿਕਾ ਦੇ ਸ਼ੂਗਰ ਕਰੈਕਰਸ, ਸਾਰੇ ਫੇਵਰੇਟ ਆਈ ਨੋ। ਬੜੇ ਬਿਸਕੁਟ ਆ ਵੀ ਵਿੱਚ, ਚਲੋ ਚਾਰ ਦਿਨ ਚਾਹ ਵਧੀਆ ਪੀਵਾਂਗੇ। ਵਧੀਆ ਲੱਗਾ ਨਾ? ਬਹੁਤ ਸੋਹਣਾ, ਬਹੁਤ ਮਜ਼ਾ। ਥੈਂਕ ਯੂ ਸੋ ਮਚ ਤੁਸੀਂ ਸ਼ੌਂਕਨ। ਥੈਂਕ ਯੂ ਸ਼ੌਂਕਨ ਜੀ, ਬਹੁਤ ਬਹੁਤ ਥੈਂਕ ਯੂ ਸੋ ਮਚ ਸਾਰੇ ਦਰਸ਼ਕਾਂ ਦਾ, ਪਿਟਾਰਾ ਟੀਵੀ ਦਾ। ਐਂਡ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਸੈਕਿੰਡ ਸੀਜ਼ਨ ਲਈ। ਥੈਂਕ ਯੂ ਸੋ ਮਚ, ਰੱਬ ਕਰੇ ਕਿੰਨੇ ਸੀਜ਼ਨ ਹੋ। ਆਏ ਹਾਏ ਹਾਏ, ਥੈਂਕ ਯੂ ਸੋ ਮਚ, ਤੇ ਤੁਸੀਂ ਸਾਰੇ ਸੀਜ਼ਨ ਦੇ ਵਿੱਚ ਹਮੇਸ਼ਾ ਆਓ। ਹਾਂ ਹਮੇਸ਼ਾ ਆਵਾਂਗੇ, ਹੱਸਣ ਲਈ, ਖੂਨ ਵਧਾਉਣ ਲਈ। ਹਾਂਜੀ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਮਿਲਦੇ ਆ ਫਿਰ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ, ਤਦ ਤੱਕ ਲਈ ਮੈਨੂੰ ਯਾਨੀ ਕਿ ਸ਼ੌਂਕਨ ਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਕ੍ਰੈਮਿਕਾ ਪ੍ਰੈਜ਼ੈਂਟਸ ਸ਼ੌਂਕਨ ਫਿਲਮਾਂ ਦੀ। ਟਾਟਾ, ਬਾਏ, ਸਤਿ ਸ਼੍ਰੀ ਅਕਾਲ।